बिसमिल्रम रिम असल मैं अतीक़ुर उत्सवीर अपना फैमिली यूट्यूब चैनल कश्मीर ब्लॉग उम्मीद करना ठीक ठाक उस खैरियत नोर लल्ला पाक ने हिफ़्ज़ो अमानी चसो अस अ मौजूद हाँ इतना लबाइक दस्तरख्वान चढ़ोई जितें अस लास्ट टाइम भी रमजान महीने में जी कवरेज की थी। उस तो पहले भी एक दफ़ा इतने आएसा अज अत फिर मौजूद हाँ अच्छा ईद कुर्बान अचनी पी है इस हवाले ना आए इतना जी इजाही कर्बानी उसी जैसा कि तक पता कि इज्तमाही कुरबानी मुख्तिफ़ जगह पर होनी भी है तो इस तरह इस दफ़ा इत चढ़ोई ने मुकाम पर लभाई दस्तरफान जरा इस हवाले ना, ना राजा साहब मौजूद है इन्होंने गलबात कर सके इस जरा शड्यूल बनाया इसने रेट क्या कुछ होती फीसा कितना उसी पूरे बैलना कितना हिस्सा बाकी रेट लिस्ट अपर लगी भी हो भी ती कि तो उस बाद इस जरा इज्तमाही कुरबानी ना खास मकसद क्या असला वालेकम ਅਛਾ ਜਨਾਬ ਅਸਾਂ ਕੀ ਦੱਸੋ ਕਿ ਜਿਹੜੀ ਸਮਾਜਿਕ ਕੁਰਬਾਨੀ ਕਰੀ ਰਿਓ ਇਸ ਨਾਲ ਇੱਕ ਤੁਸਾਂ ਨਾ ਮਕਸਦ ਕਿਸ ਤਸਬ ਬਿਨਾ ਪਰ ਸੋਚਿਆ ਕਿ ਇਹ ਸਮਾਜਿਕ ਕੁਰਬਾਨੀ ਹੋਣੀ ਚਾਹੀਨੀ ਹੈ ਇਥੇ ਇਸ ਤੋਂ ਪਹਿਲੇ ਵੀ ਕਿਦਿਆ ਹੋਈ ਕਿ ਨਹੀਂ ਹੋਈ ਨਹੀਂ ਇਸ ਤੋਂ ਪਹਿਲੇ ਨਹੀਂ ਹੋਈ ਇਥੇ ਚੜ੍ਹੋਈ ਵਿੱਚ ਸਮਾਜਿਕ ਕੁਰਬਾਨੀ ਮੈਂ ਆਪਣੀਆਂ ਬਜ਼ੁਰਗਾਂ ਔਰ ਭਾਈਆਂ ਜਿਹੜੇ ਬੈਰੋਨੀ ਮੁਲਕ ਚ ਨੇ ਮੈਂ ਉਹਨਾਂ ਵਾਸਤੇ ਗੁਜ਼ਾਰਿਸ਼ ਆ ਮਾੜੀ ਔਰ ਮਾੜੀ ਪਹਿਣਾ ਵਾਸਤੇ ਮਾਵਰੀ ਵਾਸਤੇ ਕਿ ਇਹ ਵਾਇਦ ਚੜੋਈ ਏਰੀਆ ਸੀ ਕਿ ਇਸ ਨੇ ਇਸ ਏਰੀਆ ਨਾਲ ਸਭ ਚੜੋਈ ਜਿਹੜਾ ਹੈ ਇਸ ਨੇ ਨਾਲ ਸਭ ਤੋਂ ਜ਼ਿਆਦਾ ਬਾਰਡਰ ਲਾਈਨ ਲੱਗਣਾ ਬਿਲਕੁਲ ਇਹ ਗੱਲ ਹੈ ਔਰ ਜਿਹੜੇ ਅਸਾਂ ਮਰਕਜ਼ ਵਿੱਚ ਲੋਕ ਆ ਅਸਾਂ ਉਹ ਤਾਂ ਚਲੋ ਕੁਰਬਾਨੀ ਦੇਣੇ ਨੇ ਸਭਾਂ ਲੋਕਾਂ ਨੂੰ ਗੋਸ਼ਤ ਲੱਭੀ ਜਾਣਾ ਲੇਕਿਨ ਜਿਹੜੇ ਸਾਈਡਾਂ ਪਰ ਲੋਕ ਹਨ ਉਹਨਾਂ ਕੀ ਨਾ ਹੀ ਤਾਂ ਗੋਸ਼ਤ ਪਹੁੰਚਣਾ ਉਸ ਬਾਰਡਰ ਲਾਈਨ ਪਰ ਤਾਂ ਨਾ ਹੀ ਕੋਈ ਦੇਣੇ ਵਾਸਤੇ ਜਾਣਾ ਤਾਂ ਅਸਾਂ ਇਹ ਕੋਸ਼ਿਸ਼ ਕੀਤੀ ਹੈ ਕਿ ਇਸ ਦਫਾ ਇਸਤਮਾਈ ਕੁਰਬਾਨੀ ਦਿੱਤੀ ਜਾਏ ਗਰੀਬ ਗੁਰਬੇ ਮਕਸੀਨ ਉਹਨਾਂ ਤੱਕ ਅਸਾਂ ਇਹ ਗੋਸ਼ਤ ਪਹੁੰਚਾ ਮੈਂ ਗੁਜ਼ਾਰਿਸ਼ ਕਰਦਾ ਆਪਣੀ ਮਾਵਾਂ ਪੈਣਾ ਬਜ਼ੁਰਗਾਂ ਭਾਈਆਂ ਜਿਹੜੇ ਬੈਰੋਨੀ ਮੁਲਕ ਚ ਜ਼ਿਲ੍ਹਾ ਕੋਟਲੀ ਜ਼ਿਲ੍ਹਾ ਮੀਰਪਰ ਡੜਿਆਲ ਚਕਸਵਾਰੀ ਸਮਾਣੀ ਸਭਨ ਲੋਕਾਂ ਕੀ ਕਿ ਮੈਂ ਗੁਜ਼ਾਰਿਸ਼ ਕਰਦਾ ਕਿ ਇਸ ਇਲਾਕੇ ਚ ਇਸ ਸੀਜ਼ਨੇ ਸਜ਼ਦੀਦ ਜ਼ਰੂਰਤ ਹੈ ਤਾਂ ਮੇ ਅਸੇ ਤੁਸਾਣੀ ਮਦਦ ਦੀ ਜ਼ਰੂਰਤ ਹੈ ਜੀ ਜੀ ਕੋਈ ਬੰਦਾ ਅਗਰ ਪੂਰਾ ਡੰਗਰ ਦੇਣਾ ਚਾਹੇ ਤਾਂ ਉਹ ਵੀ ਦੇ ਸਕਣਾ ਅਗਰ ਕੋਈ ਆਪਣਾ ਹਿੱਸਾ ਸਿੰਗਲ ਪਾਣਾ ਚਾਹਣਾ ਉਹ ਵੀ ਦੇ ਸਕਣਾ ਅਗਰ ਕੋਈ ਦੁੰਬਾ ਦੇਣਾ ਚਾਹਣਾ ਕੋਈ ਬੱਕਰਾ ਦੇਣਾ ਚਾਹਣਾ ਉਹ ਦੇ ਇਨਸ਼ਾਅੱਲਾ ਅਸਾਂ ਇਹ ਜਿਹੜਾ ਤੁਸੀਂ ਅਮਾਨਤ ਹੋ ਸੀ ਇਹ ਗਰੀਬ ਗੁਰਬੇ ਤੱਕ ਅਸੀਂ ਪਹੁੰਚਾਉਂ ਅਨਸ਼ਾ ਅੱਲਾਹ ਠੀਕ ਹੈ ਇਹ Eid ਨੇ ਪਹਿਲੇ ਰੋਜ਼ ਤੁਸੀਂ ਕੁਰਬਾਨੀ ਕਰਸੋ ਇਤਮਾਈ ਜਾਂ ਦੂਸਰੇ ਰੋਜ਼ ਸਰ ਇਹ ਅਸੀਂ ਪਹਿਲੇ ਦਿਨ ਤੋਂ ਸ਼ੁਰੂ ਕਰੀ ਕਿ ਇਨਸਾਂ ਕਿ ਕਿਤਰਾ ਦਿਨ Eid ਹੋਣੀ ਹੈ ਤਰਾ ਦਿਨ ਦੇ ਵਿੱਚ ਅਸੀਂ ਇਸਕੀ ਮੈਨੇਜ ਕਰਨਾ ਹੈ ਬਿਲਕੁਲ ਜੀ Eid ਨੇ 13 ਰੋਜ਼ਾਂ ਵਿੱਚ ਇਨਸ਼ਾ ਅੱਲਾਹ ਸੀ ਉਹ ਡਿਪੈਂਡ ਹੋਸੀ ਕਿ ਇਨਾਂ ਕੋਲ ਕਿਤਨੇ ਜਨਵਾਰ ਹੋਣੇ ਬਾਕੀ ਤੁਸੀਂ ਮੈਂ ਦੱਸਿਸ਼ੋਨਾ ਕਿ ਜਿਹੜਾ ਇਨਾਂ ਦਾ ਇਤਮਾਈ ਕੁਰਬਾਨੀ ਜਨਵਾਰਾਂ ਨਾਲ ਕਿਹਾ ਹਿੱਸਾ ਪੂਰਾ ਬੈਲ ਜਿਹੜਾ ਆ ਉਹ 1 ਲੱਖ 8000 ਉਸ ਤੋਂ ਬਾਅਦ ਜਿਹੜਾ ਫੀਸ ਆ ਬੈਲ ਨਾ ਉਸ ਨਾਲ 15500 ਰੁਪਿਆ ਬਕਰੇ ਨਾਲ ਜਿਹੜਾ ਹਿੱਸਾ ਆ ਪੂਰਾ ਮਤਲਬ ਪੂਰਾ ਬਕਰਾ ਜਿਹੜਾ ਉਹ 40000 ਨਾਲ ਤੇ ਦੁੰਬਾ ਜਿਹੜਾ ਉਹ 36000 ਨਾਲ ਬਾਕੀ ਰੇਟ ਲਿਸਟ ਇੰਗਲਿਸ਼ ਵਿੱਚ ਹੀ ਲਿਖੀ ਹੋਈ ਉਸ ਤੋਂ ਬਾਅਦ ਉਰਦੂ ਵਿੱਚ ਹੀ ਲਿਖੀ ਹੋਈ ਤੁਸੀਂ ਉਥਾ ਵੀ ਤਕੀਕੀਨੋ ਤੇ ਤੁਸੀਂ ਰਾਬਤਾ ਕਰ ਸਕਦੇ ਹੋ ਇਹਨਾਂ ਨਾਲ ਸਾ ਆਪਣਾ ਹਿਸਾਬ ਪਹੁੰਚਾਈ ਸਕਦੇ ਹੋ ਬੇਸ਼ੁਮਾਰ ਐਸੇ ਬੰਦੇ ਹੋਣੇ ਜਿਹੜੇ ਪੂਰਾ ਜਨਵਾਰ ਨਹੀਂ ਦੇ ਸਕਨੇ ਉਹ ਆਪਣਾ ਹਿੱਸਾ ਦੇ ਸਕਨੇ ਔਰ ਉਸ ਹਿੱਸੇ ਨਾਲ ਅਗਰ ਕੋਈ ਬੰਦਾ ਗੋਸ਼ਤ ਕਿੰਨਾ ਚਾਹੇ ਤਾਂ ਇੱਥੇ ਜਿਸ ਦਿਨ ਕੁਰਬਾਨੀ ਹੋ ਸੀ ਬਕਾਇਦਾ ਇਹਨਾਂ ਨੰਬਰਾਂ ਪਰ ਜਿਹੜੇ ਜਿਹੜੇ ਬੰਦੇ ਇਹਨਾਂ ਕੇ ਹਿੱਸਾ ਪੰਜਾਵਾ ਹੋ ਸੀ ਉਹਨਾਂ ਕੇ ਮੁੜੀ ਰਾਬਤਾ ਕਰੀ ਤਾਂ ਤੁਸੀਂ ਆਪਣਾ ਹਿੱਸਾ ਕਿ ਨਹੀਂ ਵੀ ਸਕਨੇ ਉਹ ਬਾਕੀ ਤੁਸੀਂ ਆਪਣੀ ਮਰਜ਼ੀ ਨਾਲ ਵੀ ਦੇ ਸਕਨੇ ਪਰ ਇਹਨਾਂ ਨਾਲ ਜਿਹੜਾ ਮਨਸ਼ੂਰ ਆ ਕਿ ਗਰੀਬ ਸੋ ਇਹ ਪਤਾ ਕਿ ਇਸਲਾ ਹਰ ਜਗ੍ਹਾ ਉਹ এজਰਾ ਇਹਨਾਂ ਦਾ ਬੇਸਿਕ ਇਹ ਜਾਂ ਮਰਕਜ਼ ਆ ਜ਼ਿਆਦਾਤਰ ਬੰਦੇ ਜਿਹੜੇ ਹਰ ਘਰ ਵਿੱਚ ਕੁਰਬਾਨੀ ਹੋਣੀ ਆ ਤਾਂ ਇਹਨਾਂ ਆਸ-ਪਾਸ ਦੇ ਘਰਾਂ ਵਿੱਚ ਪਹੁੰਚ ਜਣਾ ਪਰ ਜਿਹੜੇ ਦੂਰ ਦਰਾਜ ਦੇ ਗਰੀਬ ਯਤਿਮ ਮਸਕੀਨ ਬੇਵਾ ਇਸ ਤਰੀਕੇ ਨੇ ਜਿਹੜੇ ਬੰਦੇ ਬਾਰਡਰ ਲਾਈਨ ਆ ਖਾਸ ਕਰੀ ਇਹਨਾਂ ਦਾ ਮਕਸਦ ਇਹ ਹੈ ਕਿ ਉਹਨਾਂ ਤੱਕ ਸਪੈਸ਼ਲ ਗੋਸ਼ਤ ਪਹੁੰਚਾਇਆ ਜਾਏ ਗੱਡੀਆਂ ਪਰੇ ਜਾਸੀ ਗੋਸ਼ਤ ਪੈਕਿੰਗ ਹੋਸੀ ਉਸਨੀ ਬੰਦਿਆਂ ਦੀ ਡਿਊਟੀ ਲੱਗਸੀ ਤੇ ਉਹਨਾਂ ਤੱਕ ਇਹਨਾਂ ਇਹ ਗੋਸ਼ਤ ਪਹੁੰਚਾਣਾ ਆਇਆ ਤੇ ਤੁਸੀਂ ਇਹਨਾਂ ਕੇ ਆਪਣਾ ਹਿਸਾਬ ਚਾਹੀਓ ਤਾਂ ਇਨਸ਼ਾਅੱਲਾ ਈਦ ਨੇ ਪਹਿਲੇ ਦੂਸਰੇ ਤੀਸਰੇ ਰੋਜ਼ ਤੱਕ ਇਹ ਕੁਰਬਾਨੀ ਜਿਹੜਾ ਇਹਨਾਂ ਨੇ ਜਾਰੀ ਰੇਸੀ ਅਗਰ ਜਨਵਾਰ ਜ਼ਿਆਦਾ ਹੋਣੇ ਤਾਂ ਤਰੇ ਰੋਜ਼ ਰੇਸੀ ਅਗਰ ਕਮ ਹੋਣੇ ਉਸ ਹਿਸਾਬ ਨਾਲ ਇਹਨਾਂ ਕੁਰਬਾਨੀ ਕਰਨੀ ਹੈ ਐਸਾ ਕਿ ਅਸਾਂ ਲਾਸਟ ਟਾਈਮ ਹੈ ਰਮਜ਼ਾਨ ਦੇ ਮਹੀਨੇ ਚ ਆਏ ਸੀ ਆਂ ਤੇ ਲਬਾਇਕ ਦਸਤਰਖਾਨ ਚੜੋਈ ਜਿਨ੍ਹਾਂ ਗਰੀਬਾਂ ਵਿੱਚ ਯਤੀਮਾਂ ਵਿੱਚ ਬੇਵਾ ਨੇ ਅੰਦਰ एक एक खाना राशन तकसीम करने जिस शुरू किया काम उस स्टार्ट चालिया पंद शुरू किता अस ना फारूक साहब मौजूद थे इन्होंने को पुछने कि माशा उस कमरा सा जिसने सारा गोदाम बगैर सा। उ कोई इतनी इन सैटिंग नहीं सीखती हूँ माशा जैसा कि तो हर चीज इन्होंने मुखलिफ साजो समान जितना भी है पैक किता चीनी चावल दाला उस तू बाद चा सर्फ ਮੁਖਤਲਿਫ ਜਿੰਨੀ ਵੀ ਚੀਜ਼ਾਂ ਇਹਨਾਂ ਪੈਕ ਕਰੀ ਕੇ ਰੱਖੀਆਂ ਵਾ ਤੇ ਇਹਨਾਂ ਨਾਲ ਹੁਣ ਅੱਗੇ ਕਿਤਨੇ ਬੰਦਿਆਂ ਤੱਕ ਇਹਨਾਂ ਇਹ ਰਾਸ਼ਨ ਤਕਸੀਮ ਕਰੀ ਰੇ ਕੁੱਥਾ ਤੱਕ ਪਹੁੰਚੇ ਅਸਲਾਮ ਅਲੈਕਮ ਜਨਾਬ ਵਾਲੇਕਮ ਸਲਾਮ ਅੱਛਾ ਅਸਾਂ ਕੀ ਦੱਸੋ ਕਿ ਜਿੱਥੇ ਸੋ ਸਟਾਰਟ ਚਾਲੀਆਂ ਬੰਦਿਆਂ ਤੋਂ ਸ਼ੁਰੂ ਕੀਤਾ ਹੁਣ ਤੁਸੀਂ ਅਲਹਮਦੁਲਿਲਾ ਕਿਤਨੇ ਬੰਦਿਆਂ ਤੱਕ ਪਹੁੰਚੀ ਗਏ ਕਿਤਨੇ ਬੰਦਿਆਂ ਕੀ ਮੰਥਲੀ ਰਾਸ਼ਨ ਤੋਂ ਪਹੁੰਚਾਣੇ ਪਏ ਅੱਲਾ ਜੀ ਅਸਾਂ ਰਮਜ਼ਾਨ ਨੇ ਮਹੀਨੇ ਚਾਲੀਆਂ ਬੰਦਿਆਂ ਤੋਂ ਸਟਾਰਟ ਹਿੰਦਾ ਸੀ ਤੇ ਹੁਣ ਤਕਰੀਬਨ 17 ਨੇ ਕੀ ਕਰਾਸ ਕਰਨੇ ਆ ਪਏ ਮਾਸ਼ਾਅੱਲਾ ਇਹ ਇੱਕ ਮਹੀਨੇ ਨੇ ਅੰਦਰ ਤੋਂ 17 ਬੰਦਿਆਂ ਕੀ ਪਹੁੰਚਾਣੇ ਇੱਕ ਮਹੀਨੇ ਚ 17 ਬੰਦਿਆਂ ਕੀ ਜੁਨਾ ਇਸ ਦਫਾ ਜਿਹੜਾ ਅਸਾਂ ਕੱਲ ਪਰਸੋਂ ਤਕਸੀਮ ਕਰੀ ਚੁੱਕੇ ਹਾਂ ਉਹ 17 ਬੰਦਿਆਂ ਨੇ ਕੀ ਅਸੀਂ ਕੀਤਾ مزید ਵੀ ਅਸੀਂ ਇਸ ਕੀ ਵਿਧਾਨੇ ਆ ਪਵੇ ਕਿ ਆਇਆ ਕਿ ਇਸ ਕੀ ਹੋਰ ਵਿਧਾਇਆ ਜਾਏ ਤੁਸੋਂ ਪੈਣਾ ਭਰਾਵਾਂ ਨੇ امداد ਦੀ ਜ਼ਰੂਰਤ ਹੈ ਸਪੋਰਟ ਦੀ ਜ਼ਰੂਰਤ ਹੈ ਅਸਾਂ ਕਿ ਕਿ ਅਸੀਂ ਇਨਾ 17 ਚੋਂ ਅਗਰ ਕੋਈ ਸੈਣੀ ਕੋਈ ਫੋਟਗੀ ਹੋ ਜਣੀ ਹੈ ਅਸੀਂ ਪਹਿਲੇ ਦਿਨ ਉਹਨਾਂ ਕੀ ਸਾਰਾ ਖਰਚਾ ਅਸੀਂ ਅਫੋਰਡ ਕਰਨੇ ਹਾਂ ਉਸਨੇ ਵਿੱਚ ਆਟਾ ਜਿਨੇ ਚਾਵਲ ਦਾਲਾਂ ਵਗੈਰਾ ਸਾਰਾ ਕੋਈ ਪਹਿਲੇ ਦਿਹਾੜੇ ਨਾਲ ਜਿੰਨਾ ਵੀ ਖਰਚਾ ਹੋਣਾ ਨਾ ਜੀ ਜੀ ਦੋ ਤਿੰਨ ਇੱਕ ਦੋ ਫੋਤਗੀਆਂ ਹੋਈਆਂ ਨੀ ਨਾ 17 ਬੰਦਿਆਂ ਜੂ ਜਿਹੜੇ ਮਾੜੇ ਸਨ ਉਹਨਾਂ ਕੀ ਐਸੇ ਆ ਲਿਖੇ ਨੋ ਜਿਹੜੀ ਐਸੇ ਇੱਕ ਪ੍ਰੋਪਰ ਲਿਸਟ ਬਣਾਈ ਹੋਈ ਆ ਉਸ ਨੇ ਜਿਸਨੇ ਵੀ ਕੋਈ ਫੋਤਗੀ ਹੋਇਆ ਨਾ ਅਸਾਂ ਉਹਨਾਂ ਕੀ ਇਹ ਰਾਸ਼ਨ ਪਹਿਲੇ ਦਿਨ ਫੋਤਗੀ ਨਾਲ ਸੇ ਦੇਣੇ ਆ ਅੱਛਾ ਬਿਲਕੁਲ ਸਾਢੀ ਤਰਫੋਂ ਆਣਾ ਆ ਠੀਕ ਹੈ ਇਹ ਲੱਬ ਬੈਗ ਲੱਬ ਬੈਗ ਵੈਲਫੇਅਰ ਟ੍ਰੈਸਟੀ ਤਰਫੋਂ ਆਣਾ ਆ ਬਾਕੀ ਅਸਾਂ ਤੁਹਾਨੂੰ ਦੱਸਨੇ ਆ ਕਿ ਇਹ ਜਿਹੜਾ ਰਾਸ਼ਨ ਤਕਸੀਮ ਕਰੀ ਰੇ ਇਸਨੇ ਪੈਕੇਜ ਨੇ ਅੰਦਰ ਕਿੰਨੀਆਂ ਕਿੰਨੀਆਂ ਚੀਜ਼ਾਂ ਚ ਨਹੀਂ ਆਂਗਰ ਫੈਜ਼ਾਨ ਭਾਈ ਦਸ ਸਕੋ ਇਸਨੇ ਦਸ ਸਕਨੇ ਆ ਆਲੂ ਆਂ ਇਧਰ ਪਿਆਜ਼ ਹੈ ਮੁxtਲਫ ਕਿਸਮੀਆਂ ਤਰ੍ਹਾਂ ਦਾਲੀਆਂ ਚੀਨੀ ਹੈ ਚਾਵਲ ਹੈ ਸਰਫ ਹੈ ਚਾਹ ਹੈ ਲੈਸਨ ਹੈ ਉਸ ਤੋਂ ਬਾਅਦ ਗਰਮ ਮਸਾਲਾ ਨਮਕ ਔਰ ਮਿਰਚ ਵਾਰਾ ਵੀ ਇਸਨੇ ਚ ਮੌਜੂਦੀਆਂ ਉਧਰ ਆਟਾ ਨਾ ਇੱਕ ਥੈਲਾ ਵੀ ਨਾਲ ਦਿੱਤਾ ਜਾਣਾ ਆਸ਼ਰਫ ਖੋਕਰ ਸਾਹਿਬ ਮੌਜੂਦ ਹੈ ਇਹਨਾਂ ਕੋਲ ਪੁੱਛੀ ਗਏ ਨੇ ਇਹਨਾਂ ਨਾਲ ਇਸ ਇਲਾਕੇ ਨਾਲ ਤਲਕ ਹੈ ਇਹਨਾਂ ਕੋਲ ਪੁੱਛੀ ਗਏ ਕਿਉਂਕਿ ਇਹ ਇਲਾਕੇ ਨੇ ਇਸ ਰਹਿਣੇ ਪਏ ਇਹਨਾਂ ਕੀ ज़्यादा बेहतर पता हो सी कि राशन किस तरह तकसीम किया जाना असा कोई कुछ तुशा दसी सको यहाँ पर जो भी काम हो रहा है वो बाकायदगी से तारीरी तौर पर उसका रिकॉर्ड मौजूद है यहाँ पर हमारे पास एक रजिस्टर्ड है यहाँ पर सत्तर आदमी जो है वो इस वक्त रजिस्टर्ड है और सत्तर आदमी को मंथली यहाँ पर यह जो उनकी ज़रूरियात की चीज़ है का सामान उनके घरों में भेजा जा रहा है इसके अलावा भी यहाँ पर ये जितने भी लोग हैं कोई विवाह है कोई यतीम है जो बिल्कुल जो माजूर अपाज किस्म के लोग हैं उनके घरों में यहाँ पहुँचाया जाता है तो अगर इन्हीं घरों में अगर किसी के यहाँ कोई आदमी फोत हो जाए तो उसके जो कफन दफन होता है या उस दिन का जो ख़र्चा होता है वो भी ये जो तंजीम है लबैक दस्तरखान की वो भी उस दिन का माल जो है वो उनको प्रोवाइड करते हैं और आप लोग अपनी कमाई से ये जो गरीब यहाँ पर अपाज है, माजूर हैं मज़ूर हैं दोनों टांगों से माजूर हैं उनके लिए अपनी कमाई में से कुछ ना कुछ हिस्सा जरूर डालें तो यही हमारी अपील है कि ये जितना कुछ यहाँ पर हो रहा है आपने स्टोर के अंदर देखा होगा कि खुरद व की हर चीज़ मौजूद है तो ये आप लोगों का जो बेजी जो रकम है ये उसी से यहाँ पर ख़रीद कर हर इंसान के लिए उन्होंने जो गरीब है उसके लिए पैकेज बनाया गया है मैंने आज ये जो महकमा खुराक है उसके इंस्पेक्टर साहब से भी बात है तो उन्होंने कहा जी आप जब कहेंगे हम आपको आटा प्रोवाइड करेंगे तो सबको चाहिए कि वो ख्वा किसी भी दुनिया के कोने में हो अपने इलाके में आपने उन लोगों की अच्छी तरह मदद करें आज आप लोग अगर उनकी मदद करेंगे तो कल की वाले दिन आपका नाम अल्लाह ताला की अच्छी किताब में लिखा जाएगा ये हमारे पास दो हाथ हैं एक दाया हाथ है और एक बाया हाथ है ये दाया हाथ है ये खैर का हाथ है और जो बयाँ हाथ है ये, श, ये शर का हाथ है तो जब तक आपने नेकी का अरादा किया कि मैंने फला आदमी को एक मन आटा लेकर दूंगा, आपने अभी दिया नहीं है लेकिन अल्लाह ताला की गुड बुक में आपका नाम फरिश्ते उसी वक्त लिख लेते हैं दूसरी जन्म आप बुराई की तरफ अरादा करते हैं जब तक आप वो बुराई मकम्मल नहीं करते हैं फरिश्ते उस आदमी का नाम वहाँ नहीं लिखते हैं ਅੱਜੇ ਦੋਸਤੋ ਜਿਵੇਂ ਕਿ ਅਸਾਂ ਤੁਸਾਂ ਕੀ ਪੂਰੀ ਤਫਸੀਲੀ ਵੀਡੀਓ ਦਸੀ ਆਸਾਂ ਅੰਕਲ ਜੀ ਮੌਜੂਦ ਸੇ ਜੀ ਨਾਲ ਤੁਸਾਂ ਕੀ ਬੜੇ ਅੱਛੇ ਤ ਬੜੇ ਵਾਜ਼ਿਹਾ ਤਰੀਕੇ ਨਾਲ ਹਰ ਚੀਜ਼ ਸਮਝਾਈ ਹੋੜੀ ਆ ਹੁਣ ਅਸਾਂ ਨੇ ਤੁਸਾਂ ਸਾਰਿਆਂ ਪੈਣਾ ਪਰਾਂ ਗਏ ਬਜ਼ੁਰਗਾਂ ਗਏ ਦੋਸਤਾਂ ਗਾ ਅਜ਼ੀਜ਼ਾਂ ਗਾ ਇਹ ਰਿਕੁਐਸਟ ਹੈ ਕਿ ਤੁਸੀਂ ਇਹਨਾਂ ਕੀ ਕਿਸੇ ਕਿਸਮ ਨੇ ਸਪੋਰਟ ਕਰ ਸਕਦੇ ਕੋਈ ਚੀਜ਼ ਕੀ ਨੀ ਦੇ ਸਕਦੇ ਹੋ ਜਿਸ ਦਾ ਰਾਸ਼ਨ ਦੀ ਸੁਰਉਤੀ ਚੋ ਗਿਆ ਇਸਾਦੋ ਸਮਾਨ ਜਿਤਨੇ ਆਕਰ ਤੁਸੀਂ ਕੋਈ ਇਹਨਾਂ ਕੀ ਉਸ ਤਰ੍ਹਾਂ ਕੀ ਨੀ ਦੇ ਸਕਦੇ ਕੋਈ ਮਾਲੀ ਮਦਦ ਕਰਨਾ ਚਾਹਣ ਚਾਹੇ ਕੋਈ ਚਾਹੇ ਕੋਈ ਆਟੇ ਨੀ ਕਰਨਾ ਚਾਹਣ ਇਹ ਬੇਸ਼ਮਾਰਤ ਜਿਤਨਾ ਵੀ ਸੋਦਾ ਇਹਨਾਂ ਨੂੰ ਕੋਈ ਵੀ ਚੀਜ਼ ਜਿਹੜੀ ਤੁਸੀਂ ਅਫੋਰਡ ਕਰੀ ਸਕਦੇ ਈਜ਼ੀਲੀ ਤੁਸੀਂ ਇਹਨਾਂ ਤੱਕ ਇੱਥੇ ਆਈ ਸਕਦੇ ਹੋ ਇਹਨਾਂ ਕੀ ਕਿ ਨਹੀਂ ਦੇਵੋ ਤਾਂ ਕਿ ਇਹ ਅੱਗੇ ਆਪਣੇ ਕੰਮ ਕੀ ਮਜ਼ੀਦ ਬਧਾਉਣਾ ਚਾਹਣ ਜਿਹਾ ਕਿ ਰਮਜ਼ਾਨ ਨੇ ਅਸਾਂ ਦੂਸਰੇ ਰੋਜ਼ੇ ਆਇਸ ਹਾਂ ਤੁਸਾਂ ਕੀ ਪਤਾ ਕਿ 40 ਬ ਸਟਾਰਟ ਕੀਤਾ ਸਾ ਰਮਜ਼ਾਨ ਗੁਜ਼ਰੀਆਂ ਵਿੱਚ ਇਤਨਾ ਜ਼ਿਆਦਾ ਟਾਈਮ ਨਹੀਂ ਹੋਇਆ ਆ ਤੇ ਇਨ 70 ਬੰਦੇ ਤੱਕ ਜਿਹੜੇ ਇਹਨਾਂ ਨੇ ਰਜਿਸਟਰ ਦੇ ਅੰਦਰ ਰਜਿਸਟਰਡ ਹੈ ਉਹਨਾਂ ਤੱਕ ਇਹ ਰਾਸ਼ਨ ਪਹੁੰਚਾਣੇ ਪਏ ਇਹਨਾਂ ਇਸ ਆਪਣੇ ਨੇਕ ਕੰਮ ਕੀ ਇਹਨਾਂ ਦੀ ਜਿਹੜੀ ਕੋਸ਼ਿਸ਼ ਹੈ ਇਸ 100 ਹਜ਼ਾਰ ਮਤਲਬ ਲੱਖਾਂ ਤੱਕ ਇਹਨਾਂ ਖੜਨਾ ਆ ਪਰ ਇਸ ਕੰਮ ਵਿੱਚ ਤੁਸਾਂ ਪੈਣਾ ਪਰਾਣੀ ਜ਼ਰੂਰਤ ਹੈ ਸਖਤ ਜ਼ਰੂਰਤ ਹੈ ਜਿਹੜੇ ਤੁਸਾਂ ਆਪਣੀ ਲਾਈਫ ਵਿੱਚ ਜਿਹੜਾ ਤੁਸਾਂ ਕਮਾਣੇ ਪਿਓ ਉਸਨੇ ਜੋ ਇਤਨਾ ਜ਼ਿਆਦਾ ਨਹੀਂ ਪਰ ਤੁਸਾਂ 1 2% ਵੀ ਅਗਰ ਤੁਸੀਂ ਗਰੀਬਾਂ ਵਾਸਤੇ ਤਕਸੀਮ ਕਰਦੇ ਹੋ ਇਸ ਨੇ ਤੁਸੀਂ ਦੁਨੀਆ ਵਿੱਚ ਵੀ ਖੁਸ਼ ਹੋਸੋ ਆਖਰਤ ਵਿੱਚ ਵੀ ਖੁਸ਼ ਹੋਸੋ ਦੁਨੀਆ ਦੀ ਕਾਮਯਾਬੀ ਮਿਲਸੀ ਹੋਰ ਆਖਰਤ ਦੀ ਕਾਮਯਾਬੀ ਮਿਲਸੀ ਦੂਸਰਾ ਅਸਾਨੀ ਇਹ ਰਿਕਵੈਸਟ ਹੈ ਕਿ ਐਂਬੂਲੈਂਸ ਨਹੀਂ ਜਿਵੇਂ ਕਿ ਤੁਸੀਂ ਪਹਿਲੇ ਵੀ ਮੈਂ ਦੱਸਿਆ ਆਇਆ ਐਂਬੂਲੈਂਸ ਨਹੀਂ ਇਹਨਾਂ ਦੀ ਜ਼ਰੂਰਤ ਹੈ ਕਿ ਅਗਰ ਬੰਦਾ ਕੋਈ ਨੇਕ ਬੰਦਾ ਸਦਕਾ ਜਾਰੀਆ ਜਾਂ ਇਹ ਵੀ ਕੋਈ ਐਂਬੂਲੈਂਸ ਇਹਨਾਂ ਕੀ ਦੇਣਾ ਚਾਹਣਾ ਜਾਂ ਕਿਨੇ ਕੇ ਦੇਣਾ ਚਾਹਣਾ ਕੋਈ ਦੋ ਚਾਰ ਬੰਦੇ ਮਿਲੇ ਕਿਆ ਉਸ ਤਰ੍ਹਾਂ ਕੋਈ ਹੈਲਪ ਕਰਨਾ ਚਾਹਣਾ ਇਹਨਾਂ ਕੀ ਮਜ਼ੀਦ ਐਂਬੂਲੈਂਸ ਨਹੀਂ ਵੀ ਜ਼ਰੂਰਤ ਹੈ ਕਿਉਂਕਿ ਇਹ ਇਲਾਕਾ ਤੋਂ ਤੱਕ ਹੀ ਸਕਨੇ ਹੋ ਇੱਕ ਸਾਈਡ ਏਰੀਆ ਹੈ ਜਿਸਨੇ ਬੇਸ਼ਮਾਰ ਜ਼ਰੂਰ ਯਾਤ ਬਣੀ ਸਕਨੀ ਹੈ ਜਿਸਨੇ ਕੋ ਹਾਦਸਾ ਹੋ ਜਾਣਾ ਹੈ ਕੋਈ ਗਰੀਬ ਕੀ ਹਸਪਤਾਲ ਜੋ ਘਰ ਤੱਕ ਪਹੁੰਚਣਾ ਹੈ ਜਾਂ ਘਰ ਸੂ ਹਸਪਤਾਲ ਤੱਕ ਆਣਾ ਹੈ ਇਸਨੀ ਵੀ ਜ਼ਰੂਰਤ ਹੈ ਅਗਰ ਕੋਈ ਬੰਦਾ ਹੈਲਪ ਕਰਨਾ ਚਾਹਣਾ ਰਾਬਤਾ ਨੰਬਰ ਹਰ ਚੀਜ਼ ਸਕਰੀਨ ਉਪਰ ਮੌਜੂਦ ਹੈ ਤੁਸੀਂ ਇਹਨਾਂ ਦਾ ਰਾਬਤਾ ਕਰੋ ਤੇ ਇਹਨਾਂ ਕੀ ਹੈਲਪ ਕਰੋ ਤਾਂ ਕਿ ਇਹ ਆਪਣੇ ਕੰਮ ਕੀ مزید ਦੁੱਗਣਾ ਕਰੀ ਸਕਣ ਤਾਂ ਉਮੀਦ ਇਹ ਹੈ ਕਿ ਤੁਸੀਂ ਅੱਜ ਨਾਲ ਸਾਨੂੰ ਇਹ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਵੇ ਵੀਡੀਓ ਕੀ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਆਪਣੀ ਫੈਮਿਲੀ ਵੀ ਸ਼ੇਅਰ ਕਰਨਾ ਤਾਂ ਕਿ ਹਰ ਬੰਦੇ ਤੱਕ ਇਹ ਵੀਡੀਓ ਪਹੁੰਚੀ ਜਾ ਜਿਹੜਾ ਬੰਦਾ ਕੁਰਬਾਨੀ ਦਾ ਹਿੱਸਾ ਦੇਣਾ ਚਾਹਣਾ ਹੈ ਉਹ ਦੇ ਸਕਣਾ ਆ ਤੇ ਇਨਸ਼ਾਅੱਲਾ ਅਗਲੀ ਵੀਡੀਓ ਜੋ ਮੁਲਾਕਾਤ ਤੁਸੀਂ ਦੁਆਇ ਕਰ ਅੱਲਾਹ ਤਾਲਾ ਸੀ ਸ਼ਾਦੁਰ ਆਬਾਦ ਰੱਖਣ ਦੁਨੀਆ ਰਾਖਰਤ ਦੀ तमाम ਤਰ ਕਮਯਾਬੀਆਂ ਦੇਣ ਜਿਤੇ ਤੁਸੀਂ ਨੇ ਦੁੱਖ ਦਰਦ ਤਕਲੀਫਾਂ ਅੱਲਾਹ ਤਾਲਾ ਤੁਸੀਂ ਉਸ ਨੂੰ ਜਲਦਾ ਜਲਦ ਨਜਾਤ ਅਦਾ ਕਰੋ ਮਿਲਸਾ ਇਨਸ਼ਾਅੱਲਾ ਅਗਲੀ ਵੀਡੀਓ ਚ ਤਬ ਤੱਕ ਅੱਲਾ ਸੋਹਣੇ ਨਵਾਲਾ